ਆਸਟ੍ਰੇਲੀਆ ਜਾਣਾ ਮੇਰੇ ਖਿਆਲ ਪਿਛਲੇ 2 ਸਾਲ ਚ ਹਰ ਬੱਚੇ ਦਾ ਡ੍ਰੀਮ ਹੋ ਗਿਆ ਜੀ ਕੱਲ ਇੱਕ ਬੱਚੇ ਫਾਦਰ ਨਾਲ ਆਇਆ ਤੇ ਪ੍ਰੋਫਾਈਲ ਨਹੀਂ ਬਣ ਰਿਆ ਸੀਗਾ ਮੈਂ ਕਿਹਾ ਕਿ ਵਾਈ ਹੁਸੈਨ ਵਾਈ ਯੂ ਵਾਂਟ ਟੂ ਸੈਂਡ ਹਿਮ ਇਨ ਆਸਟ੍ਰੇਲੀਆ ਕਿਉਂ ਭੇਜਣਾ ਚਾਹੁੰਦੇ ਹੋ ਕਹਿੰਦੇ ਉਹਦਾ ਡ੍ਰੀਮ ਹੈ ਆਈ ਡੋਟ ਨੋ ਡ੍ਰੀਮ ਬੰਦੇ ਵੀ ਹੈ ਟੁੱਟਦੇ ਵੀ ਹੈ ਬਟ ਜਿਨ੍ਹਾਂ ਦਾ ਪ੍ਰੋਫਾਈਲ ਐਲੀਜੀਬਲ ਹੈ ਖਾਲੀ ਉਹ ਹੀ ਡ੍ਰੀਮ ਰੱਖੋ ਬਾਕੀ ਦੂਜੀ ਕੰਟਰੀ ਨੂੰ ਤੁਸੀਂ ਡਾਇਵਰਟ ਕਰ ਦੋ ਹਮ ਰਾਈਟ ਪ੍ਰੋਫਾਈਲ ਅੱਛਾ ਹੋਏ ਨਾਨ ਮੈਡੀਕਲ ਦੇ ਸਟੂਡੈਂਟਸ ਵਨ ਆਫ ਦਾ ਫੇਵਰਿਟ ਸਟੂਡੈਂਟਸ ਆਈ ਕੈਨ ਸੇ ਕਿ ਜਿਨ੍ਹਾਂ ਦੇ ਬਹੁਤ ਅੱਛੇ ਜੌਬ ਅਪਰਚੂਨਿਟੀਆਂ ਹੈ ਔਰ ਬਹੁਤ ਅੱਛੇ ਕੋਰਸਸ ਹੈ ਤੁਸੀਂ ਯੂਐਸ ਦੇ ਵਿੱਚ ਸੁਣਦੇ ਹੋਗੇ ਆਲ ਓਵਰ ਵਰਲਡ ਸਟੈਮ ਕੋਰਸਸ ਸਟੈਮ ਕੀ ਹੈ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਜਿਵੇਂ ਆਪਾਂ ਇੱਕ ਵੀਡੀਓ 'ਚ ਜ਼ਿਕਰ ਕੀਤਾ ਸੀਗਾ ਕਿ 78% ਸਟੂਡੈਂਟ ਜਿਹੜਾ ਆਈਟੀ ਨੂੰ ਐਡਾਪਟ ਕਰਦਾ ਹੈ। ਠੀਕ ਹੈ। ਹੁਣ ਸਟੈਮ ਦੇ ਵਿੱਚ ਕੀ ਹੈ? ਆ ਜਿਹੜਾ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥ ਤੇ ਟੈਕਨੋਲੋਜੀ ਜਿਹੜਾ ਉਹ ਇਸ ਟਾਈਮ ਆਲ ਓਵਰ ਵਰਲਡ ਜਿਹੜਾ ਸਭ ਤੋਂ ਜ਼ਿਆਦਾ ਡੋਮੀਨੇਟ ਕਰ ਰਿਹਾ ਹੈ। ਹੁਣ ਟੈਕਨੋਲੋਜੀ ਦੇ ਵਿੱਚ ਅਲੱਗ-ਅਲੱਗ ਲਾਈਨਸ ਆ ਜਾਂਦੀਆਂ। ਟੈਕਨੋਲੋਜੀ ਦੇ ਵਿੱਚ ਆਪਾਂ ਕਹੀਏ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਇਸ ਟਾਈਮ ਇਕਦਮ ਰੈਵੋਲੂਸ਼ਨਰੀ ਚੇਂजेस ਆ ਰਹੇ ਹੈ ਠੀਕ ਹੈ ਸਾਈਬਰ ਸਕਿਉਰਿਟੀ ਜਿਹੜੇ ਹੈਕਰਸ ਹੈ ਉਹ ਅੱਜ ਕੱਲ ਕਿਸੇ ਨੂੰ ਨਹੀਂ ਛੋੜਦੇ ਉਹਦੇ ਵਾਸਤੇ ਸਾਈਬਰ ਸਕਿਉਰਿਟੀ ਮੀਨਸ ਕਿ ਇੱਕ ਕਿਸਮ ਦਾ ਉਥੇ ਗਾਰਡ ਖੜਿਆ ਹੈ ਕਿ ਜਿਹੜਾ ਉਹਨੂੰ ਰੋਕਦਾ ਹੈ ਠੱਗੀ ਕਰਨ ਤੋਂ that is called cyber security right then ਤੁਹਾਡਾ ਆ ਜਾਂਦਾ ਕਲਾਉਡ ਕੰਪਿਊਟਿੰਗ ਤੁਹਾਡਾ ਆ ਜਾਂਦਾ bizness and data analytic business analytics ਇਦਾਂ ਦੇ ਕਈ ਕੋਰਸਸ ਆ ਆਈਟੀ ਤੋਂ ਰਿਲੇਟਡ ਜੇ ਆਪਾਂ ਗੱਲ ਕਰੀਏ ਕਿ ਸੈਲਰੀ ਵਾਈਜ਼ ਜਦ ਇਹ ਸਟੂਡੈਂਟ ਕੋਰਸ ਕਰਕੇ ਬਾਹਰ ਨਿਕਲਦਾ ਕਿਉਂਕਿ ਪੜਾਈ ਤੁਹਾਡਾ ਸਭ ਤੋਂ ਮੇਨ ਤੁਹਾਡਾ ਜਦ ਤੁਸੀਂ ਜਾਂਦੇ ਹੋ ਆਸਟ੍ਰੇਲੀਆ ਯੂ ਆਰ ਨਾਟ ਜਸਟ ਗoing ਟੂ ਐਂਟਰ देयर ਯੂ ਆਰ ਗੋਇੰਗ ਟੂ ਸਟੱਡੀ ਤੁਸੀਂ ਉੱਥੇ ਖਾਲੀ ਐਂਟਰ ਹੋਣ ਵਾਸਤੇ ਨਹੀਂ ਜਾ ਰਹੇ ਤੁਸੀਂ ਪੜਨ ਵਾਸਤੇ ਜਾ ਰਹੇ ਹੋ ਜੇ ਤੁਸੀਂ ਕੋਰਸ ਅੱਛਾ ਕੀਤਾ ਅੱਜ ਇੱਕ ਬੱਚੇ ਦੇ ਅੰਕਲ ਨਾਲ ਜਿੱਦਾਂ ਗੱਲ ਚੱਲ ਰਹੀ ਸੀ ਹੀ ਸੈਟਲਡ ਇਨ ਯੂਏਈ ਉਹਨਾਂ ਨੇ ਆਪਣੇ ਭਾਂਜੇ ਵਾਸਤੇ ਫੋਨ ਕੀਤਾ ਸੀਗਾ ਤੇ ਕਿਸੇ ਟਾਈਮ ਆਫ ਫਰਾਂਸ ਕੋਈ ਅੱਛਾ ਕੋਰਸ ਪੈਟਰੋਲੀਅਮ ਰਿਲੇਟਡ ਕੋਈ ਕੋਰਸ ਕੀਤਾ ਆਈ ਡੋਨਟ ਰਿਮੈਂਬਰ ਨਾ ਤੇ ਕਹਿ ਰਹੇ ਸੀ ਮੇਰੀ ਆਈਟੀਆਰ ਹੀ 1 ਕਰੋੜ ਦੀ ਹੈ ਬਿਕਾਜ਼ ਉਹਨਾਂ ਨੇ ਅੱਛਾ ਕੋਰਸ ਕੀਤਾ ਵਰਲਡ ਵਾਈਡ ਪੀਆਰ ਦੇ ਪਿੱਛੇ ਨਹੀਂ ਭੱਜੇ ਅੱਜ ਇੱਕ ਇੰਨੀ ਅੱਛੀ ਜੌਬ ਕਰ ਰਹੇ ਐ ਤੇ ਜਿੱਦਾਂ ਮਰਜ਼ੀ ਸੈਟਲ ਹੋ ਸਕਦੇ ਨੇ ਅੰਨੇ ਅੱਛੇ ਜੌਬ ਵਾਲੇ ਤੇ ਮੈਂ ਹੁਣੇ ਸਰਚ ਕਰ ਰਹੀ ਸੀਗੀ ਦੇਖੋ ਜਿਹੜਾ ਸਾਈਬਰ ਸਿਕਿਉਰਿਟੀ ਵਾਲੇ ਦੀ ਆਸਟ੍ਰੇਲੀਆ ਦੀ ਸੈਲਰੀ ਹੈ ਆਲਮੋਸਟ 170000 ਡਾਲਰ ਪਰ ਏਅਰ ਜਿਹੜੀ ਅੱবি ਆਪਾਂ ਗੱਲ ਕਰ ਰਹੇ ਆ ਐਵਰੇਜ ਕਰ ਰਹੇ ਆ ਮਤਲਬ ਕਿਸੇ ਦੀ 200000 ਤੇ ਕਿਸੇ ਦੀ 150000 ਐ ਐਵਰੇਜ ਸੈਲਰੀ ਜਿਹੜੀ 170000 ਆਰਟੀਫੀਸ਼ੀਅਲ ਇੰਟੈਲੀਜੈਂਸ ਐਵਰੇਜ ਸੈਲਰੀ ਜਿਹੜੀ ਹੈ ਤੁਹਾਡੀ 150000 ਆ ਰਹੀ ਹੈ ਬਿਜ਼ਨਸ ਐਨਾਲਿਟਿਕ ਦੀ ਗੱਲ ਕਰ ਰਹੇ ਹਾਂ ਡਾਟਾ ਐਨਾਲਿਟਿਕ ਦੀ ਗੱਲ ਕਰ ਰਹੇ ਹਾਂ ਜਾਂ ਕਲਾਉਡ ਕੰਪਿਊਟਿੰਗ ਕੋਈ ਵੀ ਆਲਮੋਸਟ 95000 ਡਾਲਰ ਪਰ ਈਅਰ ਆ ਰਹੀ ਹੈ ਜੇ ਇੱਧਰ ਮੈਂ ਅਕਾਊਂਟਿੰਗ ਦੀ ਗੱਲ ਕਰਾਂ ਤੇ ਉਹ 75000 ਡਾਲਰ ਪਟ ਐਨਾ ਮਾਰੀ ਹੈ ਜੇ ਆਪਾਂ ਇਦਾਂ ਲੈ ਰਹੇ ਆਂ ਕਿ ਕੋਈ ਵੀ ਇਦਾਂ ਦੇ ਕੋਰਸਸ ਹੈ ਜਿਹਦੇ ਵਿੱਚ ਆਪਣੀ 100 75000 ਤੋਂ ਲੈ ਕੇ 100 70000 ਤੱਕ ਆ ਰਹੀ ਹੈ ਤੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਸੈਲਰੀ ਨਿਕਲੀ ਹੈ ਉਹ 170000 ਸਾਈਬਰ ਸਿਕਿਉਰਿਟੀ ਦੀ ਨਿਕਲ ਰਹੀ ਹੈ ਪਰ ਸਾਈਬਰ ਸਿਕਿਉਰਿਟੀ ਵਿੱਚ ਉਹੀ ਬੱਚਾ ਜਾਏ ਜਿਹਦਾ ਆਈਟੀ ਵਿੱਚ ਇੰਟਰਸਟ ਹੈ ਜਿਹੜਾ अच्छी तरह आईटी ਨੂੰ ਸਮਝਦਾ ਤਾਂ ਹੀ ਉਹਨੂੰ ਇੰਨੀ ਸੈਲਰੀ ਮਿਲ ਰਹੀ ਹੈ ਤੁਸੀਂ ਇਹ ਦੇਖੋ ਜਿੱਥੇ 95000 ਬਿਜ਼ਨਸ ਐਨਾਲਿਸਟ ਨੂੰ ਮਿਲ ਰਹੀ ਹੈ ਡਾਟਾ ਐਨਾਲਿਸਟ ਨੂੰ ਮਿਲ ਰਹੀ ਹੈ ਤੇ ਉਹਨੂੰ 170000 ਆਈਟੀ ਵਾਲਾ ਕੋਈ ਵੀ ਬੰਦਾ ਹੋਏ 130 140000 ਤੋਂ ਜ਼ਿਆਦਾ ਨਹੀਂ ਜਾਏਗੀ 120000 ਡਾਲਰ ਇਦਾਂ ਹੀ ਸ਼ੁਰੂ ਹੁੰਦੀ ਹੈ ਬਟ ਸਾਈਬਰ ਸਿਕਿਉਰਿਟੀ ਵਾਲੇ ਨੂੰ ਆਲਮੋਸਟ ਡਬਲ ਮਿਲ ਰਹੀ ਹੈ ਤੇ ਤੁਸੀਂ ਜੋ ਵੀ ਕੋਰਸ ਕਰੋ ਅੱਛਾ ਕਰੋ ਇੰਜੀਨੀਅਰਸ ਦੀ ਜਿਹੜੀ ਸੈਲਰੀ ਮੈਂ ਕੱਢ ਰਹੀ ਆਂ ਔਨ ਐਨ ਐਵਰੇਜ ਕੋਈ ਵੀ ਇੰਜੀਨੀਅਰ ਦੀ ਸੈਲਰੀ ਉਹ ਵੀ 140000 ਡਾਲਰ ਜਾ ਰਹੀ ਹੈ ਇਹ ਆਪਾਂ ਸਾਰੀ ਗੱਲ ਆਸਟ੍ਰੇਲੀਆ ਦੇ ਕਰ ਰਹੇ ਹਾਂ ਜੀ ਦੈਟ ਮੀਨਸ ਤੁਸੀਂ ਦੇਖੋ ਇੰਜੀਨੀਅਰਸ ਦੀ ਟੈਕਨੋਲੋਜੀ ਵਾਲੇ ਬੰਦਿਆਂ ਦੀ ਕਿੰਨੀ ਡਿਮਾਂਡ ਹੈ ਔਰ ਇਹਨਾਂ ਦਾ ਵੀਜ਼ਾ ਵੀ ਰਿਜੈਕਟ ਨਹੀਂ ਹੁੰਦੇ ਵੀਜ਼ਾ ਰਿਜੈਕਟ ਕਿਹੜੇ ਹੁੰਦੇ ਆ ਜਿਹੜੇ ਕਾਮ ਕੋਰਸ ਤੇ ਜਾ ਰਹੇ ਆ ਜਿਨ੍ਹਾਂ ਨੇ ਇੱਥੇ ਵੀ ਕੋਈ ਇੰਨਾ ਕੋਈ ਖਾਸ ਨਹੀਂ ਕੀਤਾ ਬਸ ਇੱਕ ਜਾਣ ਦੇ ਵਾਸਤੇ ਜਾ ਰਹੇ ਆ ਤੋ ਕੋਈ ਵੀ ਕੰਟਰੀ ਹੈ ਜਿੱਥੇ ਮੈਨਪਾਵਰ ਸ਼ਾਰਟੇਜ ਚੱਲ ਰਹੀ ਹੈ ਜਿੱਥੇ ਉਹਨਾਂ ਨੂੰ ਅ ਇਦਾਂ ਦਾ ਕੁਝ ਵੀ ਚੱਲ ਰਿਹਾ ਉਹਨਾਂ ਦੇ ਵੀਜ਼ਾ ਰਿਜੈਕਟ ਨਹੀਂ ਹੁੰਦੇ ਪੜਨ ਚ ਬੱਚਾ ਅੱਛਾ ਸੀ ਬੀਐਸਸੀ ਤੋਂ ਇਥੋਂ ਪੜਿਆ ਹੋਇਆ ਹੈ ਜਾਂ ਗ੍ਰੈਜੂਏਸ਼ਨ ਅੱਛੀ ਯੂਨੀਵਰਸਿਟੀ ਤੋਂ ਕੀਤੀ ਅੱਛੀ ਪਰਸੈਂਟੇਜ ਹੈ ਸਪਾਂਸਰਸ਼ਿਪ ਠੀਕ ਹੈ ਉਹਨਾਂ ਦੇ 10 ਲੱਖ ਤੋਂ ਉੱਪਰ ਹੈ ਉਹਨਾਂ ਦੇ ਵੀਜ਼ੇ ਰਿਜੈਕਟ ਨਹੀਂ ਹੁੰਦੇ ਬਟ ਤੁਸੀਂ ਜੇ ਟੈਕਨੋਲੋਜੀ ਬੇਸ ਕੋਰਸਸ ਦੇ ਵਿੱਚ ਜਾਂਦੇ ਹੋ ਤਾਂ ਤੁਹਾਡਾ ਬਹੁਤ ਜ਼ਿਆਦਾ ਅੱਛਾ ਸਕੋਪ ਹੈ ਉਹਦੇ ਬਾਅਦ ਆਪਾਂ ਗੱਲ ਕਰਦੇ ਹਾਂ ਨਰਸਿੰਗ ਦੀ ਹੈਲਥ ਸਾਇੰਸ ਦੀ ਉਹਨਾਂ ਦੇ ਵਿੱਚ ਵੀ ਬਹੁਤ ਅੱਛੇ ਜੋਬ ਚਾਂਸਸ ਹੈ ਕਿਉਂਕਿ ਆਲ ਓਵਰ ਵਰਲਡ ਕੋਵਿਡ ਦੇ ਬਾਅਦ ਨਰਸਸ ਦੀ ਡਿਮਾਂਡ ਜਿਹੜੀ ਹਮੇਸ਼ਾ ਹਾਈएस्ट ਲੈਵਲ ਤੇ ਰਹੀ ਹੈ ਉਹ ਜੋਬ ਚ ਉਹਨਾਂ ਦੇ ਕਦੇ ਉਹ ਕਦੇ ਜੋਬਲੈਸ ਨਹੀਂ ਹੋ ਸਕਦੇ ਉਹਨਾਂ ਦੀ ਸੈਟਲਮੈਂਟ ਬਹੁਤ ਜਲਦੀ ਹੋ ਜਾਂਦੀ ਹੈ ਹੈਲਥ ਤੋਂ ਰਿਲੇਟਿਡ ਕੋਈ ਮਰਜ਼ੀ ਕੋਰਸ ਚੱਕ ਲੋ ਉਹਨਾਂ ਦੇ ਜਿਹੜੇ ਹਮੇਸ਼ਾ ਜੌਬ ਚਾਂਸਸ ਜ਼ਿਆਦਾ ਹੀ ਰਹਿੰਦੇ ਆ ਸੈਲਰੀਜ਼ ਵੀ ਬਹੁਤ ਅੱਛੀ ਰਹਿੰਦੀਆਂ ਉਹਨਾਂ ਦੀ